USA ਸਟੱਡੀ ਵੀਜ਼ਾ ਦੀ ਗੱਲ ਕਰੀਏ ਕਈ ਤਰ੍ਹਾਂ ਦੇ ਸਵਾਲ ਸਟੂਡੈਂਟਸ ਦੇ ਸਾਡੇ ਕੋਲ ਨੇ ਕਿਉਂਕਿ ਆਪਾਂ ਹੁਣ ਰੀਸੈਂਟ ਟ੍ਰੈਂਡ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਰਿਫਿਊਜ਼ਲਸ ਦੇਖੇ ਜਾ ਰਹੇ ਨੇ ਤਾਂ ਉੱਥੇ ਸਵਾਲ ਇਹੀ ਬਣ ਰਿਹਾ ਕਿ ਆਖਿਰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਰਿਫਿਊਜ਼ਲ ਆ ਰਹੇ ਨੇ ਕਾਰਨ ਕੀ ਬਣ ਰਹੇ ਨੇ ਰਿਫਿਊਜ਼ਰ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਅਸੀਂ ਇਹੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਕਿ ਸਟੂਡੈਂਟ ਜਿਹੜਾ ਹੈ ਜੈਨੂਇਨ ਸਟੂਡੈਂਟ ਚੰਗੀ ਪ੍ਰੋਫਾਈਲ ਵਾਲਾ ਸਟੂਡੈਂਟ ਹੈ ਉਹ ਨਿਰਾਸ਼ ਨਾ ਹੋਵੇ ਇਹ ਨਾ ਸੋਚੇ ਕਿ ਵੀ ਹੁਣ ਸ਼ਾਇਦ USA ਵੀ ਰਿਫਿਊਜ਼ਰਸ ਹੀ ਦੇਣ ਲ ਨਹੀਂ ਹੈ ਪਰ ਆਖਿਰ ਰਿਫਿਊਜ਼ਲ ਦੇ ਕਾਰਨਾਂ ਨੂੰ ਵੀ ਆਪਾਂ ਜ਼ਰੂਰ ਸਮਝਣਾ ਹੈ ਤੇ ਇੱਕ ਮਾਹਿਰ ਸਲਾਹ ਹੀ ਅਸੀਂ ਤੁਹਾਡੇ ਨਾਲ ਇਸ ਵੀਡੀਓ ਜ਼ਰੀਏ ਸਾਂਝੀ ਕਰਨੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਪਿਛਲੇ 6-8 ਸਾਲਾਂ ਤੋਂ ਮੈਮ ਜੋ ਹੈ ਸਟੂਡੈਂਟਸ ਨੂੰ ਅਵੇਅਰ ਕਰਦੇ ਆ ਰਹੇ ਨੇ ਗਾਈਡ ਕਰਦੇ ਆ ਰਹੇ ਨੇ ਤੇ ਅੱਜ ਇਸ ਖਾਸ ਵਿਸ਼ੇ ਤੇ ਵੀ ਆਪਾਂ ਮੈਮ ਤੋਂ ਹੀ ਗਾਈਡੈਂਸ ਲੈਣੀ ਹੈ ਕਿ ਮੈਮ ਜ਼ਰੂਰ ਇਹ ਗੱਲ ਸਾਂਝੀ ਕਰਿਓ ਦੇਖੋ ਸਵਾਲ ਸਾਡੇ ਕੋਲ ਸਵਾਲ ਤੁਹਾਡੇ ਕੋਲ ਵੀ ਬਹੁਤ سارے ਸਟੂਡੈਂਟਸ ਦੇ ਆ ਹੀ ਰਹੇ ਹੋਣੇ ਕਿ ਆਖਿਰ ਉਹ ਜਿਹੜੇ ਯੂਐਸਏ ਦੇ ਰਿਫਿਊਜ਼ਰਸ ਕੁਝ ਦੇਖਿਆ ਜਾ ਰਹੀਆਂ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੇ ਔਰ ਕੀ ਰੀਜ਼ਨ ਦੇਖੇ ਜਾ ਰਹੇ ਨੇ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲਿਆਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਉਹਨਾਂ ਦਾ ਪ੍ਰੋਸੈਸ ਸਮੂਥਲੀ ਹੀ ਚੱਲਣ ਵਾਲਾ ਹੈ ਤੇ ਵੀਜ਼ਾ ਪੋਜ਼ਿਟਿਵ ਦੇਖੇ ਹੀ ਜਾਣਗੇ ਹਰਜੋਤ ਦੇਖੋ ਪਹਿਲੀ ਗੱਲ ਤੇ ਮੈਂ ਐਗਰੀ ਨਹੀਂ ਕਰਦੀ ਕਿ ਰਿਫਿਊਜ਼ਲ ਆ ਰਹੀਆਂ ਜੀ ਠੀਕ ਹੈ ਜਿਹੜਾ ਸਟੂਡੈਂਟ ਬੋਲਣ ਦੇ ਯੋਗਾ ਹੀ ਨਹੀਂ ਆ ਹਨਾ ਇੰਗਲਿਸ਼ ਆਉਂਦੀ ਨਹੀਂ ਜਿਹੜਾ ਚਾਰ ਕੁਐਸਚਨ ਦੇ ਰਿਪਲਾਈ ਨਹੀਂ ਕਰ ਸਕਦਾ ਉਹਦੀ ਰਿਜੈਕਸ਼ਨ ਪੋਸੀਬਲ ਹੈ ਸਟੂਡੈਂਟ ਅੱਛਾ ਹੈ ਅੱਛੀ ਯੂਨੀਵਰਸਿਟੀ ਸਭ ਤੋਂ ਵੱਡੀ ਗੱਲ ਹੈ ਕਿ ਲੋਕਲ ਏਜੰਟਸ ਕੋਲ ਜਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਯੂਐਸ ਅਪਲਾਈ ਕੀਤਾ ਬਸ ਇਹ ਪਤਾ ਕਿ ਯੂਨੀਵਰਸਟੀਆਂ ਦੀ ਰੈਂਕਿੰਗ ਕੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ अच्छी यूनिवर्सिटीज अप्लाई ਕਰੋ ਤੁਹਾਡੇ ਚ ਕੌਨਫੀਡੈਂਸ ਹੋਏ ਸਾਢੇ 5 ਬੈਂਡ ਵਾਲਾ ਬੱਚਾ ਵੀ ਵੀਜ਼ਾ ਲੈ ਸਕਦਾ ਮੈਂ ਜ਼ਿਆਦਾਤਰ ਦੇਖਿਆ ਕਿ ਏਜੰਟਾਂ ਦੇ ਫੋਨ ਸਾਡੇ ਕੋਲ ਆਉਂਦੇ ਆ ਮੈਡਮ ਮੇਰਾ ਬੱਚਾ ਯੂਐਸ ਜਾਣਾ ਚਾਹੁੰਦਾ ਬੱਚਾ ਨਹੀਂ ਜਾਣਾ ਚਾਹੁੰਦਾ ਯੂਐਸ ਦੇ ਪੈਕੇਜ ਚ ਏਜੰਟ ਕਮਾਣਾ ਜਾਂਦਾ ਠੀਕ ਹੈ ਸਭ ਤੋਂ ਵੱਡੀ ਗੱਲ ਸਟੂਡੈਂਟ ਜਿਹੜਾ ਅੱਛਾ ਸਟੂਡੈਂਟ ਹੋਏ ਕੌਨਫੀਡੈਂਸ ਹੋਏ ਆ ਮੈਂ ਜ਼ਰੂਰ ਕਹੂੰਗੀ ਤੁਸੀਂ ਇੰਗਲਿਸ਼ ਦਾ ਕੋਈ ਐਗਜ਼ਾਮ ਦਿਓ ਤੇ ਤੁਹਾਨੂੰ ਅੱਛੀ ਯੂਨੀਵਰਸਿਟੀ ਮਿਲੇਗੀ ਐਮਓਆਈ ਤੇ ਯੂਨੀਵਰਸਿਟੀਆਂ ਮਾਸਟਰਸ ਵਾਸਤੇ ਮਿਲ ਜਾਣਗੀਆਂ ਅੰਡਰਗ੍ਰੈਡ ਦੇ ਬੱਚੇ ਜਿਹੜੇ ਹਨ ਉਹ ਜ਼ਿਆਦਾਤਰ ਯੂਨੀਵਰਸਿਟੀਆਂ ਐਮਓਆਈ ਤੇ ਨਹੀਂ ਲੈਂਦੀਆਂ ਤੁਸੀਂ ਉਹ ਰਥੇ ਹਰ ਟੈਸਟ ਜਿਹੜਾ ਹੈ ਜਿੰਨਾ ਮਰਜ਼ੀ ਇੰਗਲਿਸ਼ ਦਾ ਕੋਈ ਮਰਜ਼ੀ ਦੁਨੀਆ ਦੇ ਕੋਰਨਰ ਦਾ ਟੈਸਟ ਹੈ ਸਾਰੇ ਐਕਸੈਪਟਡ ਹੈ ਸੈਲਪੀ ਪੈ ਡੂਲਿੰਗੋ ਹੈ ਪੀਟੀ ਹੈ ਟੋਫਲ ਹੈ ਆਈਐਲਟਸ ਜਿੰਨੇ ਮਰਜ਼ੀ ਟੈਸਟ ਕਰੋ ਹੋਮ ਐਡੀਸ਼ਨ ਹੈ ਉਹ ਸਾਰੇ ਚੱਲਦੇ ਆ ਕਿਉਂਕਿ ਯੂਐਸ ਦੇ ਵਿੱਚ ਕੋਈ ਮਰਜ਼ੀ ਟੈਸਟ ਇਸ ਕਰਕੇ ਚੱਲਦਾ ਹੈ ਕਿਉਂ ਵੀਜ਼ਾ ਜਿਹੜਾ ਉਹ ਇੰਟਰਵਿਊ ਬੇਸ ਹੈ ਜਿਹੜਾ ਟੈਸਟ ਹੈ ਇੰਗਲਿਸ਼ ਦਾ ਉਹ ਯੂਨੀਵਰਸਿਟੀ ਵਾਸਤੇ ਕਿਉਂਕਿ ਯੂਨੀਵਰਸਿਟੀ ਜਿਹੜੀ ਇੰਟਰਵਿਊ ਨਹੀਂ ਲੈ ਰਹੀ ਉਹ ਖਾਲੀ ਇੰਗਲਿਸ਼ ਦੇ ਮਾਰਕਸ ਦੇ ਉੱਪਰ ਉਹਨਾਂ ਨੂੰ ਐਡਮਿਸ਼ਨ ਦੇ ਰਹੇ ਆ ਹੁਣ ਜਬ ਬੱਚਾ ਅੱਛਾ ਹੈ ਸਟੈਮ ਕੋਰਸ ਵਾਲਾ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਇਹ ਜਿਹੜੇ ਸਟੈਮ ਕੋਰਸ ਹੁੰਦੇ ਆ ਕਿਉਂਕਿ ਸਟੈਮ ਦਾ ਵਰਡ ਜਿਹੜਾ ਹੈ ਉਹ ਯੂਐਸ ਤੋਂ ਹੀ ਨਿਕਲਿਆ ਹੁਣ ਬਾਕੀ ਕੰਟਰੀਆਂ ਵੀ ਸਟੈਮ ਕੋਰਸ ਕਰਨ ਲੱਗੀਆਂ ਆ ਬੱਟ ਬਟ ਇਹ ਪਹਿਲਾ ਜਿਹੜਾ ਵਰਡ ਹੈ ਉਹ ਯੂਐਸ ਤੋਂ ਨਿਕਲਿਆ ਹੁਣ ਯੂਐਸ ਜਿਹੜਾ ਵੀ ਸਟੂਡੈਂਟ ਜਾਂਦਾ ਹੈ ਜੇ ਗ੍ਰੈਜੂਏਟ ਆ ਬੱਚਾ ਬੀਟੈਕ ਕੀਤੀ ਹੋਈ ਹੈ ਔਰ ਆਇਲਟਸ ਪੀਟੀ ਡੂਲਿੰਗੋ ਕੁਝ ਵੀ ਕੀਤਾ ਹੋਇਆ ਅੱਛੀ ਯੂਨੀਵਰਸਿਟੀ ਅਸੀਂ ਜਿਹੜੀ ਯੂਨੀਵਰਸਿਟੀ ਲੈ ਕੇ ਦਿੰਨੇ ਆ ਉਹਨਾਂ ਨੂੰ 100% ਸਕਾਲਰਸ਼ਿਪ ਵੀ ਮਿਲਦੀ ਹੈ ਉਦਾਂ ਦੇ ਵੀ ਯੂਨੀਵਰਸਿਟੀ ਆ ਜਿਹਦੇ ਵਿੱਚ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਔਰ ਈਵਨ ਲਿਵਿੰਗ ਕਾਸਟ ਵੀ ਯੂਨੀਵਰਸਿਟੀ ਤੁਹਾਨੂੰ ਪੇ ਕਰਦੀ ਆ ਬੱਚੇ ਦਾ ਪ੍ਰੋਫਾਈਲ ਅੱਛਾ ਹੋਏ ਇਹੋ ਜਿਹੇ ਬੱਚੇ ਜੇ ਮੇਰੇ ਨਾਲ ਕੰਟੈਕਟ ਕਰਦੇ ਆ ਮੇਕ ਸ਼ੁਰ ਉਹਨਾਂ ਦਾ ਵੀਜ਼ਾ ਆਣਾ ਹੀ ਆਣਾ ਕਿਉਂਕਿ ਬਹੁਤ ਬੜੀ ਯੂਨੀਵਰਸਿਟੀ ਹੋएगी ਜਿੱਦਨੇ 100% ਸਕਾਲਰਸ਼ਿਪ ਦਿੱਤਾ ਆਏਗਾ ਪ੍ਰਾਈਵੇਟ ਯੂਨੀਵਰਸਿਟੀ ਉਹਨਾਂ ਨੂੰ ਸਕਾਲਰਸ਼ਿਪ ਹੰਢਿਆ ਪਸੈਂ ਨਹੀਂ ਦੇ ਸਕਦੀ ਕਿਉਂਕਿ ਉਹਨਾਂ ਦੇ ਕੋਲ ਤੇ ਆਪਦੇ ਹੀ ਖਰਚੇ ਨਹੀਂ ਹੁੰਦੇ ਆ ਤੇ ਅੱਛੀ ਯੂਨੀਵਰਸਿਟੀ ਲੈਣਾ ਸਭ ਤੋਂ ਵੱਡੀ ਗੱਲ ਆ ਬੱਚੇ ਵਿੱਚ ਕੌਨਫੀਡੈਂਸ ਹੋਣਾ ਇੱਕ ਦੂਜੀ ਗੱਲ ਐ ਥਰਡ ਜਿਹੜਾ ਉਹਨੂੰ ਜਿਹੜੇ ਚਾਰ ਪਾਈ ਕੁਐਸਚਨ ਉਹਦੇ ਰਿਪਲਾਈ ਕਰਨਾ ਆਣਾ ਚਾਹੀਦਾ ਫਿਰ ਯੂએસ ਵਾਸਤੇ ਬੱਚੇ ਦਾ ਵੀਜ਼ਾ ਰਿਜੈਕਟ ਨਹੀਂ ਹੋ ਸਕਦਾ ਅਦਰ ਬਿਸਾਈਡ ਥਿਸ ਮੈਂ ਤੁਹਾਨੂੰ ਹੋਰ ਅੱਛੇ ਪੁਆਇੰਟ ਦੱਸੂਗੀ ਕਿ ਯੂਐਸ ਦਾ ਹੀ ਵੀਜ਼ਾ ਜਿਹਦੇ ਵਿੱਚ ਤੁਹਾਨੂੰ ਕੋਈ ਐਡਵਾਂਸ ਫੀਸਾਂ ਨਹੀਂ ਜਾਣੀਆਂ ਐ ਐਡਵਾਂਸ ਕੋਈ ਇੰਨੇ ਲੰਬੇ ਚੋੜੇ ਫੰਡ ਨਹੀਂ ਦਿਖਾਣੇ ਫੰਡ ਇੱਕ ਦਿਨ ਪੁਰਾਣੇ ਵੀ ਦਿਖਾ ਦਿਓ ਆਈ 20 ਵਾਸਤੇ ਉਹ ਵੀ ਚੱਲ ਜਾਂਦਾ ਠੀਕ ਹੈ ਤੁਸੀਂ ਜਿਹੜਾ ਤੁਸੀਂ ਦੇਖੋ ਕਿ ਫੀਸ ਵੀ ਤੁਹਾਡੀ ਵੀਜ਼ਾ ਦੇ ਬਾਅਦ ਜਾਂਦੀ ਹੈ ਖਰਚਾ ਕੀ ਹੈ ਆਸਟ੍ਰੇਲੀਆ ਦਾ ਇਸ ਟਾਈਮ 1600 ਡਾਲਰ ਜਿਹੜੀ ਐਂਬੈਸੀ ਫੀਸ ਆ ਮਤਲਬ 90000 ਤੋਂ ਉੱਪਰ ਔਰ ਇੱਥੇ 50 60000 ਚ ਤੁਸੀਂ ਐਂਬੈਸੀ ਦੀ ਫੀਸ ਤੱਕ ਮਿਲਾ ਕੇ ਸਾਰਾ ਖਰਚਾ ਹੈ ਤੁਹਾਡਾ ਓਟ ਸੇਮ ਡੇ ਡਿਸੀਜਨ ਆ ਉੱਥੇ ਫਾਈਲ ਲਗਾ ਕੇ ਵੀ ਤੁਹਾਡਾ ਰਿਜ਼ਲਟ 2 ਮਹੀਨੇ ਬਾਅਦ ਆਏਗਾ 1.5 ਮਹੀਨੇ ਬਾਅਦ ਆਏਗਾ ਤੁਹਾਨੂੰ ਨਹੀਂ ਪਤਾ ਫੰਡ ਜਿਹੜਾ ਪਤਾ ਨਹੀਂ ਤੁਸੀਂ ਇੰਟਰਸਟ ਤੇ ਚੱਕੇ ਆ ਕਿਦਾਂ ਦਿਖਾਏ ਆ ਇੱਥੇ ਤੁਹਾਡਾ ਇੱਕ ਦਿਨ ਪੁਰਾਣਾ ਸਟੇਟਮੈਂਟ ਦੋ ਔਰ ਵੀਜ਼ਾ ਲੈ ਕੇ ਆ ਜਾਓ जी जी बिल्कुल सो so, देखो सही ढंग के नाल अप्लाई किया गया होगा सही तैयारी के रिफ्यूजल का चांस बनता ही नहीं है सो so, जिमें कि मैम ने गल की कि जो इंटरव्यू में इंग्लिश बोल ही नहीं सकता अगर वो स्टूडेंट अप्लाई करेगा उसकी रिफ्यूजल आएगी ही सो so, अपना कैलीबर भी जरूर पहचानो और उस अकॉर्डिंगली ही ऑप्शन सिलैक्ट करनी चाहिए चाहे आप यू एस ए की गल कर रहे हैं सो होर भी अगर डिटेल में समझना चाहो तो यू एस एप्लाई करने के मैम थोड़ा कमिंग इन टेक बारे भी जरूर स्टूडेंट्स दस दो जेकर ने अपलाई ਕਰਨਾ ਹੋਵੇ ਤਾਂ ਔਰ ਟਾਈਮਲੀ ਆਪਣਾ ਡਿਸੀਜਨ ਜ਼ਰੂਰ ਲੈ ਲਓ ਦੇਖੋ ਹੁਣ ਜਿਹੜਾ ਤੁਹਾਡਾ ਵਿంటర్ ਇਨਟੇਕ ਹੈ ਜਨ ਇਨਟੇਕ ਹੈ ਤੇ ਉਹਦੇ ਵਾਸਤੇ ਹੀ ਅਪਲਾਈ ਹੋਵੇਗਾ ਕਿਉਂਕਿ I20 ਆਨ ਦੇ ਬਾਅਦ ਤੁਸੀਂ ਸਰਵਿਸ ਫੀਸ ਦੇਣੀ ਹੈ ਅਪਾਇੰਟਮੈਂਟ ਡੇਟ ਚੱਕਣੀ ਹੈ ਤਾਂ ਤੁਹਾਡੇ ਕੋਲ ਮਾਰਜਨ ਹੋਣਾ ਚਾਹੀਦਾ ਹੈ ਔਰ ਜਨ ਇਨਟੇਕ ਵਾਸਤੇ ਇਹ ਨਹੀਂ ਕਿ ਤੁਸੀਂ ਫਾਈਲ ਜਿਹੜੀ ਹੁਣ ਨਹੀਂ ला ਸਕਦੇ ਜਿੱਦਾਂ ਹੀ ਤੁਹਾਨੂੰ ਡੇਟ ਮਿਲਦੀ ਹੈ ਤੁਸੀਂ ਅਪੀਅਰ ਹੋ ਸਕਦੇ ਹੋ ਵੀਜ਼ਾ ਲੱਗਣ ਦੇ ਸਾਰ ਤੁਹਾਡੇ ਕੋਲ ਟਾਈਮ ਤੁਹਾਨੂੰ ਸਫੀਸ਼ੀਐਂਟ ਮਿਲ ਜਾਏਗਾ ਕਿ ਤੁਸੀਂ ਆਪਣੀ ਤਿਆਰੀ ਕਰ ਸਕੋ ਉੱਥੇ ਜਾਂਦੇ ਜੀ ਜੀ ਬਿਲਕੁਲ ਸੋ ਟਾਈਮਲੀ ਜੋ ਹੈ ਤੁਸੀਂ ਮੈਮ ਨਾਲ ਵੀ ਕੰਟੈਕਟ ਕਰ ਸਕਦੇ ਹੋ ਜਰੂਰ ਜਿਹੜਾ ਨੰਬਰ ਹੈ ਇਸ ਦੇ ਉੱਪਰ ਕਾਲ ਕਰ ਲਓ ਆਪਣੇ ਫੋਨ ਵਿੱਚ ਸੇਵ ਕਰਕੇ ਰੱਖ ਲਓ ਜ਼ਰੂਰ ਇੱਥੇ ਤੁਸੀਂ ਪਹਿਲਾਂ ਕਾਲ ਕਰਕੇ ਪਹੁੰਚੋ ਆਪਣੇ ਡਾਕੂਮੈਂਟਸ ਲੈ ਕੇ ਆਓ ਅਸੈਸਮੈਂਟ ਕੀਤੀ ਜਾਵੇ ਤਾਂ ਕਿ ਉਹ ਟਾਈਮਲੀ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸੂਟੇਬਲ ਬੈਸਟ ਆਪਸ਼ਨਸ ਜੋ ਹੈ ਦੱਸੀਆਂ ਜਾ ਸਕਣ ਤੇ ਤੁਸੀਂ ਉਸ ਦੇ ਅਕੋਰਡਿੰਗਲੀ ਡਿਸੀਜਨ ਲੈ ਸਕੋ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜਰੂਰ ਸਾਂਝੇ ਕਰ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਅ ਚੰਡੀਗੜ੍ਹ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਸੀਂ ਫੇਸ ਟੂ ਫੇਸ ਹਰੇਕ ਆਪਣਾ ਪੁਆਇੰਟ ਜੋ ਹੈ ਕਲੀਅਰ ਕਰ ਸਕੋ ਚੀਜ਼ਾਂ ਨੂੰ ਸਮਝ ਸੋ ਕੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਅਸੈਸਮੈਂਟ ਵੀ ਕੀਤੀ ਜਾਏ ਤੇ ਤੁਹਾਨੂੰ ਸਹੀ ਆਪਸ਼ਨਸ ਹੀ ਗਾਈਡ ਕੀਤੀਆਂ ਜਾਣ ਬਹੁਤ ਬਹੁਤ ਥੈਂਕਸ ਮੈਮ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ